ਅੰਮ੍ਰਿਤਸਰ ਵਿਖੇ ਸ਼ਿਵਾਲਾ ਫਾਟਕ ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਨੌਜਵਾਨ ਨੇ ਰੇਲ ਗੱਡੀ ਅੱਗੇ ਖੁਦਕੁਸ਼ੀ ਕਰਕੇ ਆਪਣੀ ਅਨਮੋਲ ਜ਼ਿੰਦਗੀ ਖਤਮ ਕਰ ਲਿੱਤੀ। ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਨੌਜਵਾਨ ਆਪਣੀ ਘਰਵਾਲੀ ਤੇ ਸਹੁਰੇ ਪਰਿਵਾਰ ਤੋਂ ਦੁਖੀ ਸੀ, ਜਿਸ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕਿਆ। ਮ੍ਰਿਤਕ ਦੇ ਪਰਿਵਾਰ ਨੇ ਉਸ ਦੀ ਘਰਵਾਲੀ ਤੇ ਸਹੁਰੇ ਪਰਿਵਾਰ ਵਾਲਿਆਂ ਤੇ ਦੋਸ਼ ਲਗਾਉਂਦੇ ਹੋਏ ਪਰਿਵਾਰ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਧਰਮਵੀਰ ਗਿੱਲ ਦੀ ਰਿਪੋਰਟ। ਆਪਣੇ ਪਰਿਵਾਰ ਸਹੁਰੇ ਪਰਿਵਾਰ ਤੋਂ ਬਹੁਤ ਤੰਗ ਆ, ਰੋਜ਼ ਧਮਕੀਆਂ ਲਾਉਂਦੇ ਉਹਨੂੰ, ਧਮਕੀਆਂ ਲਾ ਲਾ ਕਹਿੰਦੇ ਨੇ ਤੂੰ ਵੱਖਰਾ ਹੋ, ਤੈਨੂੰ ਅੰਬਾਲੇ ਲੈ ਕੇ ਜਾਣਾ, ਇਹਦੇ ਸਹੁਰੇ ਪਰਿਵਾਰ 'ਚ ਮੁੰਡਾ ਕੋਈ ਨਹੀਂ ਹੈਗਾ, ਕਹਿੰਦੇ ਤੁਹਾਨੂੰ ਤਾਂ ਹੀ ਵਸਾਉਣਾ ਵਾ ਜੇ ਤੂੰ ਅੰਬਾਲੇ ਅੰਬਾਲੇ ਆ ਕੇ ਰਹੇਗਾ, ਕਦੀ ਸਾਨੂੰ ਚੌਂਕਿਆਂ ਦੀ ਧਮਕੀ ਲਾਉਂਦੇ ਆ। ਇਹਦਾ ਮਾਮਾ ਪ੍ਰਧਾਨ ਹੈਗਾ, ਉਹਦਾ ਕਾਂਗਰਸ ਦਾ ਯੂ ਜਨਰਲ ਸਕੱਤਰ ਹੈਗਾ ਪਟਿਆਲੇ 'ਚ, ਉਹ ਕਹਿੰਦਾ ਮੇਰੀ ਕੈਪਟਨ ਦੇ ਨਾਲ ਚਲਦੀ ਆ, ਮੈਂ ਤੁਹਾਨੂੰ ਫਸਾ ਦਾਂਗਾ। ਫਿਰ ਇਹਦਾ ਐਲਕੀ ਗਏ ਹਾਂ ਪਰ ਅੰਬਾਲੇ ਗਏ ਹਾਂ ਕੁੜੀ ਨੂੰ ਲੈਣ ਵਾਸਤੇ, ਇਹਨਾਂ ਨੇ ਉੱਥੇ ਵੀ ਸਾਡੇ ਨਾਲ ਬੜੀ ਬਦਤਮੀਜ਼ੀ ਨਾਲ ਗੱਲ ਕੀਤੀ, ਪੁਲਿਸ ਕੋਲੋਂ ਘਵਾਇਆ ਕਿ ਇਹਨਾਂ ਨੂੰ ਫੜੋ ਅੰਡਰ ਕਰੋ। ਉਹ ਤੋਂ ਬਾਅਦ ਤਾਏ ਦਾ ਮੁੰਡਾ ਇਹਦਾ ਹੈਗਾ ਵਾ ਰਾਜੂ, ਉੱਥੋਂ ਦਾ ਪ੍ਰਧਾਨ ਆ, ਨਿਰੰਜਨ ਵੀ ਹੈਗਾ ਇੱਕ, ਉਹਨੇ ਵੀ ਕਿਹਾ ਵਾ ਕਿ ਇਹ ਅਸੀਂ ਤੁਹਾਡੇ ਅੰਬਰਸਰ ਆ ਕੇ ਤੁਹਾਨੂੰ ਕੁੱਟਾਂਗੇ। ਮੁੰਡੇ ਸਾਡੇ ਨੂੰ ਇੰਨਾ ਕੁ ਉਹਨਾਂ ਨੇ ਟੋਰਚਰ ਕੀਤਾ ਨਾ, ਰੋਜ਼ ਨਵਾਂ ਆ ਜਾਂਦਾ, ਤੁਹਾਨੂੰ ਦਾਜ ਤੋਂ ਤੰਗ, ਤੁਹਾਨੂੰ ਦਾਜ ਦੇ ਵਿੱਚ ਫਸਾ ਦਾਂਗੇ, ਤੁਹਾਨੂੰ ਮਾਰ ਕੁਟਾਈ 'ਚ ਫਸਾ ਦਾਂਗੇ, ਅਸੀਂ ਕੁੜੀ ਦੇ ਆਪੇ ਸੱਟਾ ਲਾ ਕੇ ਤੁਹਾਡੇ 'ਤੇ ਨਾਮ ਪਾ ਦਾਂਗੇ। ਰੋਜ਼ ਹੀ ਉਹਨਾਂ ਨੂੰ ਇੰਨਾ ਤੰਗ ਕੀਤਾ, ਇਹ ਪਿਛਲੇ ਮਹੀਨੇ ਹੀ ਵੱਖਰਾ ਕਰਤਾ ਮੁੰਡੇ ਨੂੰ, ਚੱਲ ਕੋਈ ਨਹੀਂ ਤੂੰ ਵੱਖਰਾ ਹੋ ਕੇ ਰਿਹਾ। ਉਹ ਘਰ ਦੇ ਵਿੱਚ ਵੀ ਕੁੜੀ ਨੇ ਅੱਗ ਲਾਤੀ, ਤਿੰਨ ਜਗ੍ਹਾ ਟੱਕ ਮਾਰ ਕੇ ਅੱਗ ਲਾਈ ਤਾਂ ਕਿ ਇਹ ਫਸੇ, ਆਪਣੇ ਮੁੰਡੇ ਨੂੰ ਚਪੇੜਾਂ ਮਾਰਦੀ ਮਾਰਦੀ ਕੁੱਟਦੀ ਆ। ਇਹ ਸਾਨੂੰ ਚੀਜ਼ਾਂ ਸਾਡੇ ਜਿਹੜੀ ਮਕਾਨ ਮਾਲਕ ਆ ਉਹਨੇ ਦੱਸੀਆਂ। ਕਿੱਦਾਂ ਸੁਸਾਈਡ ਕੀਤੀ ਆ? ਸੁਸਾਈਡ ਹੁਣ ਗੱਡੀ ਥੱਲੇ ਆ ਕੇ ਹੋਇਆ, ਸੁਸਾਈਡ ਨੋਟ ਲੱਭਾ ਹੈਗਾ, ਸੁਸਾਈਡ ਨੋਟ ਲੱਭਾ ਵਾ ਪੁਲਿਸ ਕੋਲ ਹੈਗਾ ਸੁਸਾਈਡ ਨੋਟ, ਉਹਦੇ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹੋ ਜਿਹਾ ਨੂੰ ਛੱਡਣਾ ਨਹੀਂ ਚਾਹੀਦਾ। ਇਹ ਹਰ ਮੁੰਡਾ ਸਾਡਾ ਕਹਿੰਦਾ ਮੈਂ ਤਲਾਕ ਲੈਣਾ, ਉਹ ਕਹਿੰਦਾ ਮੈਂ ਤਲਾਕ ਲਵਾਂ ਕਿਸ ਤਰ੍ਹਾਂ? ਸਾਡਾ ਅੱਜ ਤੱਕ ਕੋਰਟ ਦੇ ਵਿੱਚ ਵਸਾਉਣ ਦਾ ਕੇਸ ਚੱਲਦਾ ਪਿਆ ਅੰਮ੍ਰਿਤਸਰ 'ਚ ਵਸੇਬੇ ਦਾ, ਅੱਜ ਤੱਕ ਵਾਪਸ ਵਿਦਡਰੋਲ ਨਹੀਂ ਕੀਤਾ। ਉਹ ਮੁੰਡਾ ਕਹਿੰਦਾ ਮੈਂ ਸੁਸਾਈਡ ਉਹ ਕਰਨਾ ਮੈਂ ਤਲਾਕ ਲੈਣਾ ਮੈਂ, ਇਹ ਯਾਰ ਦੋਸਤ ਹੈਗੇ ਸਾਰੇ, ਇਹਨਾਂ ਸਾਰਿਆਂ ਨੂੰ ਕਿਹਾ ਮੈਂ ਤਲਾਕ ਲੈਣਾ, ਕਹਿੰਦਾ ਮੇਰੇ ਕੋਲ ਪੈਸੇ ਨਹੀਂ ਇੰਨੇ ਕਿ ਮੈਂ ਇਹਨੂੰ ਦੇ ਸਕਾਂ। ਮੈਰਿਜ ਹੋਈ ਨੂੰ ਫਰਵਰੀ ਦੇ ਵਿੱਚ ਸਾਲ ਹੋਇਆ, ਜੇ ਪੂਰਾ ਡੇਢ ਸਾਲ ਦੇ ਵਿੱਚ ਹੋਏ ਆ, 8 ਮਹੀਨੇ ਦਾ 7 ਮਹੀਨੇ ਦਾ ਬੱਚਾ ਉਹਦਾ, ਬੱਚੇ ਤੱਕ ਦੇ ਇਹੋ ਜਿਹੀ ਕਸੈਨ ਹੈ ਕਿ ਬੱਚੇ ਨੂੰ ਕੁੱਟਦੀ ਆ, ਬੱਚੇ ਤੱਕ ਨੂੰ ਆਪਣੇ ਨੂੰ ਕੁੱਟਦੀ ਹੈਗੀ ਆ, ਇੰਨਾ ਰੋਜ਼ ਉਹਨੂੰ ਤੰਗ ਕਰਦੀ, ਰੋਜ਼ ਉਹਨੂੰ ਟੋਰਚਰ ਕਰਦੀ ਹੈ। ਵੋਟੀ ਦਾ ਨਾਂ ਹੈਗਾ ਸੋਨੀਆ, ਮਾਮੇ ਦਾ ਨਾਂ ਹੈਗਾ ਉਹਦੇ ਦਾ ਭੁਪਿੰਦਰ, ਜਿਹੜਾ ਪਟਿਆਲੇ ਦੇ ਵਿੱਚ ਵਿਮਨਾ ਜਿਹੜਾ ਧਮਕੀਆਂ ਲਾਉਂਦਾ। ਮੁੰਡੇ ਦਾ ਨਾਂ ਹੈਗਾ ਏ ਵਿੱਕੀ ਹੈਗਾ, ਪਪਿਲ ਮਹਾਜਨ ਹੈਗਾ ਉਹਦਾ ਨਾਮ, ਪਪਿਲ ਮਹਾਜਨ, ਉਂਝ ਉਹਨੂੰ ਵਿੱਕੀ ਕਹਿੰਦੇ ਨੇ। ਇਹ ਮਾਮਲਾ ਆਇਆ ਵੀ ਪਪਲ ਕੁਮਾਰ ਇੱਕ ਉਰਫ ਵਿੱਕੀ, ਸਨ ਆਫ ਨਰਿੰਦਰ ਕੁਮਾਰ, ਅੰਮ੍ਰਿਤਸਰ ਦਾ ਵਾਸੀ ਹੈ। ਇਹਨੇ ਡਾਊਨ ਲਾਈਨ ਫਲਾਇੰਗ ਮੇਲ ਥੱਲੇ ਖੁੱਲ੍ਹ ਕੇ ਸੀ, ਸੁਸਾਈਡ ਨੋਟ ਮਿਲਿਆ ਸਹੁਰਾ ਪਰਿਵਾਰ ਦੇ ਖਿਲਾਫ। ਕਾਰਨ ਕੀ ਦੱਸਿਆ ਗਿਆ? ਕਾਰਨ ਉਹ ਤੰਗ ਪਰੇਸ਼ਾਨ ਕਰਦਾ ਸੀ, ਹੁਣ ਇਹ ਤਾਂ ਵੇਖਾਂਗੇ, ਵੈਰੀਫਿਕੇਸ਼ਨ ਕਰਾਂਗੇ ਅਸੀਂ ਕੀ ਤੰਗ ਕਰਦਾ ਸੀ। ਸੁਸਾਈਡ 'ਤੇ ਸਹੁਰਾ ਪਰਿਵਾਰ ਲਿਆ, ਉਹਦੇ ਵੈਰੀਫਿਕੇਸ਼ਨ ਕਰਾਂਗੇ, ਸਹੁਰਾ ਪਰਿਵਾਰ ਤਾਂ ਕੋਈ ਵੀ ਹੋ ਸਕਦਾ। ਕਾਰਨ ਕਰਾਂਗੇ, ਪਰਚਾ ਦਰਜ ਕਰਾਂਗੇ ਇਹਨਾਂ ਦੇ ਖਿਲਾਫ, ਅਸੀਂ ਜੋ ਬਣਦੀ ਕਾਰਵਾਈ ਕਰਾਂਗੇ। ਠੀਕ ਆ।